स्वागत है किसान वीरो तुहाडा यूट्यूब चैनल सिद्ध डेयरी फार्मिंग दे विच। किसान वीरो अज जिहड़ी वीडियो बना रहे हैं पिंड ताजपुर तहसील नूं रायकोट पैंदी है ते जिला लुधियाना व्यापार का काम आ दोस्तों बाई का ते बहुत वीडियो चैनल उत्ते अपलोड है। खंगूड़ा डेयरी फार्म बाई ने नाम जिहड़ा रख के फ्लैक्स बोर्ड छपवा ले है। अज दी वीडियो च पंज नग तुहानूं दिखाउणे आ दोस्तों। तीन सामने गेट ते बद्धियां गावां जिन्हां दे विच्चों एक दो तोकड़ गाबण एक सून दे नेड़ है एक ताजी सूई भी ते चंगे दुध वाली गां ते एक गां दोस्तों इह सामने जिहड़ी है विकी भी आ। पर उस वीर दी इच्छा सीगी वी जिहड़ा वीडियो दे विच उहदा नाम लिया जावे जिन्हें यह खरीदी है। सो यह पंज नग तुहानूं दिखा देंगे, वीडियो नूं एंड तक देखियो। जिहड़ा पशु तुहाडे पसंद आ जूगा इत्थे आ के तुसीं देख लिओ, तसली करके फिर सौदा बाई ना कर लिओ। आओ वीडियो नूं दोस्तों इधरों शुरू करदे आ, फिर तुहानूं दूजे पशु भी दिखावांगे। ਬਾਈ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦੀ ਵੀ ਰਮਨਦੀਪ ਸਿੰਘ ਜੀ। ਠੀਕ ਹੈ ਰਮਨਦੀਪ ਬਾਈ, ਜਿਹੜੀ ਪਹਿਲੇ ਨੰਬਰ ਤੇ ਗਾਂ ਬੱਧੀ ਵੀ ਹੈ ਡੱਬੀ। ਹਾਂਜੀ ਹਾਂਜੀ। ਕਿੰਨਵਾਂ ਸੂਆ? ਪਹਿਲਾ ਸੂਆ ਵੀਰੇ। ਹੁਣ ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹ ਵੀਰੇ ਨੂੰ ਪਰਸੋਂ ਪੰਜਵਾਂ ਮਹੀਨਾ ਲੱਗ ਗਿਆ ਗੱਬਰ ਨੂੰ। ਹਾਂਜੀ, ਯਾਨੀ ਪੰਜਵਾਂ ਲੱਗ ਗਿਆ, ਚਾਰਾਂ ਦੀ ਕੰਪਲੀਟ ਹੋ ਗਈ ਵੀਰੇ। ਠੀਕ ਹੈ, ਦੁੱਧ ਇਸ ਟਾਈਮ 6 ਕਿਲੋ ਵੀਰੇ ਪਿੰਡੇ ਦੋਵਾਂ ਟਾਈਮਾਂ ਦਾ। ਠੀਕ ਹੈ, ਰੇਟ ਕੀ ਰੱਖਿਆ? 32000 ਰੁਪਏ ਵੀਰੇ ਖੋਲੀ ਨੂੰ। ਦੋਸਤੋ 32000 ਡਿਮਾਂਡ ਹੈ ਤੇ 6 ਕਿਲੋ ਦੁੱਧ ਦੋਵਾਂ ਟਾਈਮਾਂ ਦਾ। 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ, ਤੁਸੀਂ ਕਰਵਾ ਸਕਦੇ ਹੋ। ਦੂਜਾ ਸੂਆ ਇਹਨੇ ਅੱਗੇ ਸੂਣਾ, ਪਹਿਲਾ ਸੂਆ ਸੂਈ ਵੀ ਵੈੜ ਤੋਕੜ ਗੱਬਣ ਜਿਹੜਾ ਵੀਰ ਪਸੰਦ ਕਰੇ ਕਾਲ ਕਰ ਸਕਦੇ ਹੋ। ਹਵਾਨਾ ਉਸ ਹਿਸਾਬ ਤੇ ਦੇਖ ਲਿਓ, ਕਿਉਂਕਿ ਦੁੱਧ 6 ਕਿਲੋ ਆ ਤਾਂ 3 ਕਿਲੋ ਦੇ ਹਿਸਾਬ ਤੇ ਹਵਾਨਾ ਦੋਸਤੋ ਦਿਖਾਊਗੀ। ਬਾ ਮੋੜਲਾ ਬਾਈ, ਸੋਹਣੇ ਥਾਂ ਹੈ, ਢਾਂਚਾ ਤੁਹਾਡੇ ਸਾਹਮਣੇ ਆ। ਗੱਬਣ ਜਿਹੜਾ ਵੀਰ ਲਿਜਾਣੀ ਚਾਹੇ ਉਹਨੂੰ ਵਾਰ ਵਾਰ ਬੇਨਤੀ ਹੈ, ਡਾਕਟਰ ਵੀਰ ਨਾਲ ਲਿਆ ਕੇ ਚੈੱਕ ਕਰਵਾ ਕੇ ਲੈ ਜਾਓ। ਪਹਿਲਾ ਸੂਆ ਸੂਈ ਵੀ ਵੱਛੀ, ਦੂਜੇ ਸੂਏ ਵਾਸਤੇ ਗੱਬਣ 4 ਮਹੀਨਿਆਂ ਦੀ। ਅੱਗੇ ਇੱਕ ਹੋਰ ਗਾਂ ਬਾਈ ਕੋਲ ਠੰਡੀ ਸੀਲ ਦੋਸਤੋ ਫੁੱਲ ਆ, ਬਾਕੀ ਇਹ ਬਰੀਡ ਇੱਦਾਂ ਦੀ ਆ, ਬਹੁਤਾ ਦੇਖਣ ਦੀ ਇਹਨਾਂ ਨੂੰ ਲੋੜ ਨਹੀਂ ਪੈਂਦੀ। ਇੱਕ ਹੋਰ ਗਾਂ ਇਦੋਂ ਅੱਗੇ, ਇਹਨੇ ਕਹਿਣਾ ਸੂਆ ਸੂਣਾ ਬਾਈ, ਦੂਜੇ ਸੂਏ ਸੂਣਾ ਨੇ। ਕਿੰਨਾ ਚਿਰ ਰਹਿੰਦਾ? 10 ਦਿਨ ਬਾਕੀ ਆ ਜੀ ਵੀਰੇ। 10 ਦਿਨ ਬਾਕੀ ਆ, ਠੀਕ ਹੈ। ਇਹਦਾ ਰੇਟ ਕੀ ਰੱਖਿਆ? 46000 ਰੁਪਇਆ। 46500 ਖੋਲਿਓ ਨੂੰ ਦੋਸਤੋ। ਦੂਜਾ ਸੂਆ ਸੂਗੀ ਤੇ ਹਜੇ 10 ਦਿਨਾਂ ਦੀ ਕੱਚੀ, 46500 ਰੇਟ ਹੈ। ਜਿਹਨੂੰ ਪਸੰਦ ਆਵੇ, ਹਜੇ ਕੱਚੀ ਹੈ, ਹਵਾਨਾ ਸੋਹਣਾ ਬਣਾਉਂਦੀ ਹੁੰਦੀ ਹੈ, ਥਣ ਦਾ ਸਹਿਜ ਇਹਦਾ ਵੀ ਸੋਹਣਾ ਦੇਖ ਸਕਦੇ ਹੋ ਤੁਸੀਂ। ਹਵਾਨਾ ਦੋਸਤੋ ਦੇਖ ਲਓ, ਹਜੇ 10 ਦਿਨਾਂ ਦੀ ਕੱਚੀ, ਸੋਹਣਾ ਹਵਾਨਾ ਬਣਾ ਜੂਗੀ। ਬਾ ਮੋੜਲਾ ਬਾਈ, ਰੇਟ 46000, ਰੁੱਤ ਦੇ ਹਿਸਾਬ 'ਤੇ ਰੇਟ ਵੀ ਜਾਇਜ਼ ਹੈ। ਦੂਜਾ ਸੂਆ ਗਾਂ ਨੇ ਸੋਹਣਾ, ਹਜੇ 10 ਦਿਨਾਂ ਦੀ ਕੱਚੀ, ਚੰਗੀ ਸੰਭੀ ਵੀ ਗਾਂ ਦੋਸਤੋ, ਸਿਹਤ ਜਿਹੜੀ ਇਹਦੀ ਚੰਗੀ ਹੈ, ਸੋਹਣੀ ਹੈ। ਬਾਕੀ ਇਹ ਵੀ ਜਵਾਕ ਥਣ ਪੱਟੀ ਆ, ਠੀਕ ਹੈ, ਠੰਡੀ ਸੀਲ ਇਹ ਵੀ ਫੁੱਲ ਹੈ। ਬਾਕੀ ਥਣ ਦਾ ਸਹਿ ਜ਼ਰੂਰ ਦੋਸਤੋ ਦੇਖ ਲਓ, ਚੰਗਾ ਥਣ ਹੈ। ਇੱਕ ਜਰਸੀ ਆ ਬਾਈ ਕੋਲ, ਬਹੁਤ ਸੋਹਣੀ, ਵੱਡੇ ਕੱਦ ਘਾਟ ਦੀ। ਇਹ ਜਰਸੀ ਕਿੰਨੇ ਚਿਰ ਦੀ ਗੱਬਣ ਹੈ? 25-26 ਦਿਨ ਹੋ ਗਏ ਗੱਬਣ ਨੂੰ। ਠੀਕ ਹੈ, ਯਾਨੀ ਟੀਕਾ ਲੱਗਿਆ ਵੀਰੇ, ਕਨਫਰਮ ਆਪਣੇ ਘਰ ਦਾ ਟੀਕਾ ਲੱਗਿਆ ਹੈਗਾ, ਯਾਨੀ ਉਹ ਚੈੱਕ ਪਾਸ ਤਾਂ ਫਿਰ ਚੈੱਕ ਪਾਸ ਨਹੀਂ ਹੋਣੀ ਵੀਰੇ, ਖਾਲੀ ਮੰਨਾਂਗੇ, ਖਾਲੀ ਮੰਨਾਂਗੇ ਵੀਰੇ। ਠੀਕ ਹੈ, ਦੁੱਧ ਕਿੰਨਾ ਵੀਰੇ? 13 ਕਿਲੋ। ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਵੀਰੇ, ਜਿਹੜਾ ਮਗਲਾ ਥਾਣਾ ਬਹਿਣਾ, ਠੀਕ ਹੈ, ਉਹਦਾ ਅੱਧਾ ਗਾ ਵੀਰੇ, ਅੱਧਾ ਉਹਦੇ 'ਚ ਦੁੱਧ ਆਉਂਦਾ ਚੱਲਦਾ। ਹਾਂ ਵੀਰੇ, ਆਉਂਦਾ ਦੁੱਧ ਆਉਂਦਾ। ਖੋਲੀ ਨੂੰ, ਰੇਟ ਇਹਦਾ ਕੀ ਰੱਖਿਆ? 37000 ਰੁਪਏ ਵੀਰੇ ਖੋਲੀ ਨੂੰ। ਇਹ ਅਸਲ ਵੀਰੇ ਪੰਜਾਬ ਦੀ ਜਰਸੀ ਹੈ ਜੀ। ਠੀਕ ਹੈ ਦੋਸਤੋ, ਚੰਗੇ ਕੱਦ ਕਾਠ ਦੀ, ਦੂਜੀਆਂ ਗਾਈਆਂ ਦੇ ਬਰਾਬਰ ਦਾ ਕੱਦ ਹੈ, ਦੇਖ ਸਕਦੇ ਹੋ ਢਾਂਚਾ ਇਹਨਾਂ ਗਾਵਾਂ ਨਾਲੋਂ ਵੀ ਥੋੜ੍ਹੀ ਬਹੁਤ ਉੱਚੀ ਹੈ। ਪਿਓਰ ਜਰਸੀ ਬਰੀਡ ਹੈ, 13 ਕਿਲੋ ਦੁੱਧ ਹੈ, ਪਰ ਮਗਰਲਾ ਥਣ ਜਿਹੜਾ ਬਹਿਣੀ ਵਾਲੇ ਪਾਸੇ ਦਾ ਉਹ ਅੱਧਾ ਹੈ, ਉਹਦੇ ਚੋਂ ਜਾਣੀ ਅੱਧਾ ਦੁੱਧ ਆਉਂਦਾ ਦੂਜੇ ਦੇ ਮੁਕਾਬਲੇ। 13 ਕਿਲੋ ਦੁੱਧ ਇਸ ਟਾਈਮ ਹੈਗਾ, ਅਗਲੇ ਥਣ ਬਹੁਤ ਸੋਹਣੇ ਆ। ਬਾਕੀ ਕੱਦ ਕਾਠ ਬਹੁਤ ਜ਼ਿਆਦਾ ਆ ਗਾਂ ਦਾ, ਇਹ ਬਾਈ ਦੱਸਦਾ ਵੀ ਪੰਜਾਬ ਵਾਲੀ ਜਰਸੀ ਹੈ, ਢਾਂਚਾ ਦੇਖ ਸਕਦੇ ਹੋ ਤੁਸੀਂ ਵੱਡਾ ਕੱਦ ਦੋਸਤੋ, ਦੂਜੀਆਂ HF ਗਾਵਾਂ ਦੇ ਬਰਾਬਰ ਦਾ। ਹਵਾਨਾ ਸੋਹਣਾ ਦਿਖਾਉਂਦੀ ਹੈ, ਪਰ ਪਿਛਲਾ ਥਣ ਦੁੱਧ ਦੇ ਵਿੱਚ ਘੱਟ ਹੋਣ ਕਰਕੇ ਦੱਸੋ ਉਹ ਪਾਸਾ ਥੋੜ੍ਹਾ ਫਿੱਕਾ ਰੱਖਦੀ ਹੈ। ਥਣ ਅਗਲਾ ਜ਼ਰੂਰ ਤੁਸੀਂ ਇੱਥੋਂ ਦੇਖ ਲਓ, ਅਗਲੇ ਥਣ ਦੋਨੇ ਬਰਾਬਰ ਦੇ ਬਹੁਤ ਸੋਹਣੇ ਹੈ, ਹਵਾਨੇ ਅਤੇ ਨਾੜਾਂ ਵੀ ਚੰਗੀਆਂ। ਬਾਕੀ ਜੇ ਮੂੰਹ ਮੱਥਾ ਦੇਖੋ ਤਾਂ ਉਹ ਵੀ ਸੋਹਣਾ। ਸੋ ਇਹ ਜਰਸੀ ਗਾਂ ਬਈ, ਜਿਹੜੀ ਇੱਧਰ ਗਾਂ ਅੱਗੇ ਗੱਬਣ ਤਾਜ਼ੀ ਸੂਈ ਦੀ ਹੈ, ਇਹਨੂੰ ਕਿੰਨਾ ਚਿਰ ਹੋ ਗਿਆ ਸੂਈ? 20-25 ਦਿਨ ਹੋ ਗਏ ਵੀਰੇ ਸੂਈ ਨੂੰ। 20-25 ਦਿਨ ਹੋ ਗਏ ਸੂਈ ਨੂੰ, ਬੱਚਾ ਹੈਗਾ ਨਾ? ਬੱਚਾ ਵੀਰੇ ਮਰ ਗਿਆ, ਪਰ ਆਪਾਂ ਕੰਮ ਨਹੀਂ ਕਰਨਾ, ਆਪਾਂ ਬੱਚਾ ਲਾ ਵੀ ਸਕਦੇ, ਆਪਾਂ ਉਹ ਕੰਮ ਨਹੀਂ ਕਰਨਾ ਵੀਰੇ ਲਾਉਣ ਵਾਲਾ। ਠੀਕ ਹੈ, ਤੇ ਦੁੱਧ ਇਸ ਟਾਈਮ ਕਿੰਨਾ ਵੀਰੇ? ਦੁੱਧ 24 ਕਿਲੋ। 24 ਕਿਲੋ ਤੋਂ ਵੱਧ ਹੋਊ ਘੱਟ ਨਹੀਂ ਹੁੰਦਾ ਵੀਰੇ? ਕੰਡੇ ਤੋਲ ਸਕਦਾ? ਕੰਡੇ ਤੋਲ ਸਕਦਾ ਵੀਰੇ ਬੰਦਾ। ਸੂਆ ਕਿੰਨਵਾਂ ਸੂਈ ਹੈ? ਤੀਜਾ ਵੀਰੇ। ਰੇਟ ਇਹਦਾ ਕੀ ਰੱਖਿਆ? 69000 ਰੁਪਇਆ। 69000 ਖੋਲੀ ਨੂੰ,
दोस्तों 59,000 डिमांड है, तीजा सूआ सूई है 20 to 25 दिन की सूई, दुध कंडे तोलन वाला 24 किलो, इदू वधूगा भाई दसदा भी इदू घटदा नहीं, जिन्हें तोलना 3 टाइम तोल लो भावे। बच्चा वच्छी सी भाई दसदा भी वह मरी भी है, पर नाल यह भी गल आ भी दोस्तों बाई की गल जायज आ भी एडे हवाने नाल जे चाहुंदा बच्चा लावा भी लग सकता, पर वह बाई दसदा भी नहीं लाउणा। बा मोड़ला भाई बहुत सोहने थान है दोस्तों, उत्ते वड्डा हवाना गां दा, तीजा सूआ सूई भी आ देख सकते हो मूँह तो, बाकी जिहड़ा थण दा सैज वह भी बहुत चंगा, दुध जिहड़ा वीर इन्ना तोलना चाहे बेशक दोस्तों 2 टाइम 3 टाइम तोल के चो के लै लो। वड्डे हवाने की गां 24 किलो दुध कंडे तोलन वाला इस टाइम तैयार आ, बहुत वड्डा हवाना है, ठंडी सील वड्डे हवाने की गां 59,000 का रेट है दोस्तों, दुध के हिसाब से रेट भी ठीक है, बाकी कोसे घट जाना क्योंकि फिक्स रेट है जोड़ा वह नहीं मंगया जाता। तो हवाना थोड़ू जो दिखाव तो बहुत वड्डा तैयार है। एक गां दोस्तों ये सेल हुई भी है बाई को, ये गां घर दी सी अपने घर की बसी अपनी, ठीक है कि चर रहा सून ची तो 25 दिन रेंदे सून कि चली गई है, किड़े वीर ने खरीदी है एक महीना सून च रहा बाई दे घर दी ब्रीड है, घर दी वच्छी है, एक महीना सून च रहा। सो यह वीडियो थोनू वैसे दिखाउणी सी, सो दोस्तों अज जिहड़े पशु दिखाउणे सी दिखाते हैं, 5 नाग है 4 वकाऊ है, जिहड़ा भी पशु इन्हां चों तुसीं पसंद करदे हो तसल्ली करके खरीद सकदे हो। बाकी सामने बाई ने भी लिख के लाता वेची गां वापस नहीं होऊ ते सिर्फ घर की गरंटी होवेगी, ये जायज गल आ दोस्तों, जिन्हें पशु खरीदना काहली ना करिया करो, इत्थे तसल्ली कर लिया करो, तुसीं जो फुल तसल्ली हो जाती बेशक फिर पशु खोलो, डिटेल थोनू सारी दसती है, तसल्ली इदों अगे तुसीं करनी। धन्यवाद।